ਸੁੱਖ ਦੇ ਸ਼ੂ ਵਿੱਚ ਤਰ ਗਈ ਹੈ। ਬਸ਼ੀਰ ਬਾਬਾ ਹੋਰਾਂ ਦੀ ਕਿਤਾਬ ਚੋਂ ਇੱਕ ਕਲਾਮ, ਆਦਮੀ ਮਰਦ ਕਦੀ ਬਿਆਸਿਆ, ਆਦਮੀ ਮਰਦ ਕਦੀ ਬਿਆਸੇ ਨਹੀਂ ਹੁੰਦੇ, ਅਣਖੀ ਹੱਥਾਂ ਵਿੱਚ ਜਿਉਂ ਕਾਸੇ ਨਹੀਂ ਹੁੰਦੇ, ਰੂਪ ਦਾ ਸੂਰਜ ਸੇਕ ਠੰਡੇ ਯੱਖ ਰਹਿੰਦੇ, ਸੜ ਜਾਵਣ ਜਦ ਪਿਆਰ ਚਮਾਸੇ ਨਹੀਂ ਹੁੰਦੇ, ਆਸ ਦੀ ਤਪੜੀ ਓਲੇ ਸੁਫਨੇ ਜੋ ਬੁੰਦੇ, ਜੱਗ ਵਰਤੋਂ ਤੋਂ ਬੇਵਸਵਾਸੇ ਨਹੀਂ ਹੁੰਦੇ, ਰੁੱਤ ਬਹਾਰ ਖਜ਼ਾਨ ਦੀ ਹੋਵੇ ਫੁੱਲਾਂ ਤੇ, ਰਾਤੀ ਪੰਛੀ ਫੁੱਲ ਪਰਵਾਸੇ ਨਹੀਂ ਹੁੰਦੇ, ਹੱਥ ਸਰੋਂ ਜਮਾ ਕੇ ਸੱਚ ਅਚਿਆਵਣ ਜੋ, ਆਸ ਦੇ ਲਾਰੇ ਮਨ ਦੇ ਵਾਸੇ ਨਹੀਂ ਹੁੰਦੇ, ਮਰਜ਼ੀ ਨਾਲ ਉਸਾਰ ਤਖੈਲ ਲੈਂਦੇ ਜੋ, ਸਾਵੇਂ ਰੱਖ ਕੇ ਯਾਰ ਉਦਾਸੇ ਨਹੀਂ ਹੁੰਦੇ, ਉਹਦੇ ਘਰ ਵਿੱਚ ਜੋਤ ਉਲਫਤ ਦੀ ਜਾਗਦੀ ਨਹੀਂ, ਜਿਸ ਨਾਨੇ ਦੇ ਘਰ ਨਿਵਾਸੇ ਨਹੀਂ ਹੁੰਦੇ, ਫੁੱਲਾਂ ਦੀ ਫਿਦਰਤ ਖਿੜ ਖਿੜ ਹੱਸ ਪੈਣਾ, ਮਾਵਾਂ ਕੁੱਛੜ ਝੂਠੇ ਹਾਸੇ ਨਹੀਂ ਹੁੰਦੇ, ਉਹਨਾਂ ਅਮਲ ਦਾ ਪੀਣ ਬਣਾਉਣਾ ਕੀ ਜਿਨ੍ਹਾਂ ਜਜ਼ਬੇ ਜੁੱਥੇ ਦਰਦ ਖਰਾਸੇ ਨਹੀਂ ਹੁੰਦੇ, ਵਿੱਚ ਉਡੀਕਾਂ ਸੀਸ ਬਨੇਰੇ ਚੁਣ ਦਿੰਦੇ, ਉਹ ਪੰਡੇ ਵੀ ਵੱਲੋਂ ਹਰਾਸੇ ਨਹੀਂ ਹੁੰਦੇ, ਜਿੰਨਾ ਸੂਲੀ ਪੁੱਟ ਕੇ ਮੋਢੇ ਚੁੱਕ ਲਿੱਤੀ ਉੱਥੇ ਹਾਸੇ ਜੀਣ ਦਿਲਾਸੇ ਨਹੀਂ ਹੁੰਦੇ, ਅੱਖੀਆਂ ਵਿੱਚ ਲੁਕਾ ਕੇ ਸਾਗਰ ਬਾਵਾ ਜੀ, ਨਦੀਆਂ ਰੋੜੋ ਨੈਣ ਪਿਆਸੇ ਨਹੀਂ ਹੁੰਦੇ, ਆਦਮੀ ਮਰਦ ਕਦੀ ਬਿਆਸੇ ਨਹੀਂ ਹੁੰਦੇ, ਅਣਖੀ ਹੱਥਾਂ ਵਿੱਚ ਜਿਉਂ ਕਾਸੇ ਨਹੀਂ ਹੁੰਦੇ।